ਮੈਂ ਕਮਲ ਸਿੰਘ ਢਿੱਲੋਂ ਪੰਜਾਬ ਸਰਕਾਰ ਚੈਨਲ ਤੋਂ ਦੇਖ ਕੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਇਸ ਵਕਤ ਅਸੀਂ ਕੋਟ ਦੀ ਮਲੀਆਂ ਪਿੰਡ ਜਿਹੜਾ ਕਿ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਪੈਂਦਾ ਪਿੰਡ ਹੈ ਅਤੇ ਬਲੋਕ ਮੰਗੀਠੇ ਦਾ ਪਿੰਡ ਹੈ। ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਸਾਬਕਾ ਸਰਪੰਚ ਸਰਦਾਰ ਸੁਰਜੀਤ ਸਿੰਘ ਜੀ ਸਨ ਔਰ ਸਰਦਾਰ ਪੂਰਨ ਸਿੰਘ ਜੀ ਉਹਨਾਂ ਦੇ ਨਿਵਾਸ ਸਥਾਨ 'ਤੇ ਇਸ ਵਕਤ ਅਸੀਂ ਸਾਬਕਾ ਸਰਪੰਚ ਸਰਦਾਰ ਸੁਰਜੀਤ ਸਿੰਘ ਜੀ ਦੇ ਨਾਲ ਮੌਜੂਦ ਹਾਂ ਅਤੇ ਅਸੀਂ ਉਹਨਾਂ ਕੋਲੋਂ ਉਹਨਾਂ ਦੀ ਸਰਪੰਚੀ ਦੇ ਦੌਰਾਨ ਉਹਨਾਂ ਵੱਲੋਂ ਕੀਤੇ ਗਏ ਪਿੰਡ ਦੇ ਵਿਕਾਸ ਦੇ ਬਾਰੇ ਜਾਣਕਾਰੀ ਦੇਵਾਂਗੇ ਅਤੇ ਜਿਹੜੇ ਉਹਨਾਂ ਦੇ ਰਹਿੰਦੇ ਕੰਮ ਸੀ ਉਸ ਸੰਬੰਧੀ ਵੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਐਸੇ ਕਿਹੜੇ ਕੰਮ ਸੀ ਕਿ ਜਿਹੜੇ ਉਹਨਾਂ ਦੇ ਸਰਪੰਚੀ ਦੇ ਦੌਰਾਨ ਜਾਂ ਚੋਣ ਜ਼ਾਬਤੇ ਦੇ ਕਾਰਨ ਰਹਿ ਗਏ ਜਾਂ ਫਿਰ ਉਸ ਤੋਂ ਬਾਅਦ ਸਰਕਾਰ ਚੇਂਜ ਹੋ ਗਈ ਅਤੇ ਤਾਂ ਰਹਿ ਗਈ। ਇਹ ਆਪਾਂ ਸਾਰੀ ਗੱਲਬਾਤ ਸਰਪੰਚ ਸਾਹਿਬ ਨਾਲ ਕਰਾਂਗੇ ਅਤੇ ਆਓ ਹੁਣ ਤੁਹਾਡੇ ਰੂਬਰੂ ਕਰਾਉਂਦੇ ਹਾਂ ਆਪਾਂ ਪਿੰਡ ਕੋਟਲੀ ਮਲੀਆਂ ਤੋਂ ਸਾਬਕਾ ਸਰਪੰਚ ਸਰਦਾਰ ਸੁਰਜੀਤ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਛਾ ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਜੀ ਕਿ ਜਦੋਂ ਤੁਸੀਂ ਸਰਪੰਚ ਬਣੇ ਸੀ ਉਸ ਟਾਈਮ 'ਤੇ ਆਪਣੀ ਜਿਹੜੀ ਸ਼ਮਸ਼ਾਨ ਘਾਟ ਆ ਉਹਦੀ ਹਾਲਤ ਜਿਹੜੀ ਹੈ ਉਹ ਕਿੱਦਾਂ ਦੀ ਸੀ? ਉਹ ਜੀ ਸ਼ਮਸ਼ਾਨ ਘਾਟ ਦੀ ਜਿਹੜੀ ਹਾਲਾਤ ਸੀ ਵਲਗਣ ਉਹਦੀ ਹੋਈ ਸੀ ਅਤੇ ਜੋ ਵੀ ਉਹਦਾ ਹੋਣ ਵਾਲਾ ਸੀਗਾ ਅਸੀਂ ਆਪਣੇ ਤੌਰ 'ਤੇ ਕੀਤਾ, ਪਰ ਹੁਣ ਜਦੋਂ ਬਾਅਦ ਵਿੱਚ ਸਰਪੰਚ ਬਣਿਆ ਕਾਂਗਰਸੀ ਆ ਉਹਨੇ ਸਾਰਿਆਂ ਦੋ ਪਾਸੇ ਫਰਜ਼ ਪਾ ਦਿੱਤਾ। ਅੱਛਾ ਜੀ, ਹਾਂਜੀ, ਜਨਰਲ ਸ਼ਮਸ਼ਾਨ ਘਾਟ ਦੀ ਅਤੇ ਐਸੀ ਦੋ ਦੇ ਦੋ ਜੀ ਦੋ ਜੀ ਅਤੇ ਬਾਕੀ ਚਾਰ ਦੁਆਰੀ ਵਗੈਰਾ ਸਾਰੀ ਹੋਈ? ਹਾਂ, ਚਾਰ ਦੁਆਰੀ ਹੋਈ। ਠੀਕ, ਹਾਂਜੀ ਹਾਂਜੀ ਠੀਕ। ਅਤੇ ਅੱਛਾ ਸਰਪੰਚ ਸਾਹਿਬ, ਆਪਾਂ ਵਾਟਰ ਸਪਲਾਈ ਦੀ ਗੱਲ ਕਰੀਏ ਕਿ ਵਾਟਰ ਸਪਲਾਈ ਪੀਣ ਵਾਲਾ ਪਾਣੀ ਜਿਹੜਾ ਉਹਦਾ ਕਿੱਦਾਂ, ਜੇ ਵਾਟਰ ਸਪਲਾਈ ਹੈ ਆਪਣੇ ਪਿੰਡ ਵਿੱਚ? ਹਾਂਜੀ ਹਾਂਜੀ, ਟੈਂਕੀ ਬਣੀ ਆ ਅਤੇ ਵਾਟਰ ਸਪਲਾਈ ਦਾ ਪਾਣੀ ਜਿਹੜਾ ਹੈਗਾ ਕੋਈ ਬਿੱਲ ਦੇ ਕਾਰਨ ਜਿਹੜਾ ਹੈਗਾ ਉਹ ਉੱਕਾ ਬੰਦ ਹੋ ਚੁੱਕਾ। ਅੱਛਾ ਜੀ, ਹਾਂਜੀ ਠੀਕ ਹੈ, ਬਿੱਲ ਨਾ ਦੇਣ ਦੇ ਕਾਰਨ। ਹਾਂਜੀ ਹਾਂਜੀ, ਪਾਣੀ ਜਿਹੜਾ ਤੁਹਾਡਾ ਬੰਦ ਹੋਇਆ? ਬੰਦ ਹੋ ਗਿਆ, ਬੰਦ। ਅਤੇ ਅੱਛਾ ਸਰ, ਗੰਦੇ ਪਾਣੀ ਦਾ ਨਿਕਾਸ ਕਿੱਦਾਂ ਜੀ? ਉਹ ਗੰਦੇ ਪਾਣੀ ਦਾ ਨਿਕਾਸ ਜਿਹੜਾ ਹੈਗਾ ਕੁਛ ਤਾਂ ਮੈਂ ਆਪਣੇ ਟਰਮ ਦੇ ਵਿੱਚ ਪੂਰੇ ਇੱਕ ਛੋਟਾ ਕਸਬਾ ਪੈਂਦਾ ਜਿਹਨੂੰ ਮਾੜੀ ਲਛਮਣ ਦੀ ਕਹਿ ਦਿੰਦੇ, ਪਿੰਡ ਇੱਕੋ ਹੀ ਹੈ ਪਰ ਉਹਨੂੰ ਕਸਬਾ ਕਹਿ ਦਿੰਦੇ, ਉਹਦਾ ਪਾਣੀ ਜਿਹੜਾ ਮੈਂ ਸੱਪੜੇ ਨਾਲਾ ਪਾ ਕੇ ਅਤੇ ਉਹਦੇ ਵਿੱਚ ਖੜਿਆ ਅਤੇ ਹੋਰ ਜਿਹੜਾ ਬਾਕੀ ਦਾ ਰਹਿੰਦਾ ਸੀ ਉਹ ਨਵੇਂ ਸਰਪੰਚ ਨੇ ਗੰਦਾ ਨਾਲਾ ਜਿਹੜਾ ਲਾਗੋ ਦੀ ਵਗਦਾ ਉਹਦੇ 'ਚ ਪਾ ਦਿੱਤਾ। ਹਾਂਜੀ ਹਾਂਜੀ, ਅਤੇ ਉਹ 'ਚ ਮਤਲਬ ਹੁਣ ਸੀ ਜਾਂਦਾ ਪਾਣੀ? ਬਿਲਕੁਲ ਜੀ ਬਿਲਕੁਲ, ਹੁਣ ਨਾ 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 ਹੁਣ ਨਹੀਂ ਕੋਈ ਦਿੱਕਤ ਹੈ। ਠੀਕ ਹੈ, ਹਾਂਜੀ। ਅਤੇ ਸਰਪੰਚ ਸਾਹਿਬ, ਪਿੰਡ 'ਚ ਕੋਈ ਜੰਝ ਘਰ, ਧਰਮਸ਼ਾਲਾ ਜਾਂ ਕੋਈ ਪੰਚਾਇਤ ਘਰ ਹੋਵੇ? ਇਹ ਧਰਮਸ਼ਾਲਾ ਹੈਗੀ ਆ, ਉਹਦਾ ਲੱਖ ਰੁਪਈਆ ਮਿਲਿਆ ਸੀ, ਉਹਨੂੰ ਅਸੀਂ ਵਲਗਣ ਕਰਕੇ ਉਹਨੂੰ ਅਸੀਂ ਉਹਦੇ ਇੱਕ ਗੇਟ ਲਾਇਆ, ਸਾਰਾ ਜੀ ਕੰਮ ਕਰ ਦਿੱਤਾ। ਅੱਛਾ, ਹਾਂਜੀ। ਅਤੇ ਉਹ ਮਤਲਬ ਸਾਰੀ ਹੁਣ ਓਕੇ ਆ? ਓਕੇ ਓਕੇ, ਹਾਂਜੀ ਬਿਲਕੁਲ 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 ਠੀਕ। ਹਾਂਜੀ ਹਾਂਜੀ, ਸਾਡੇ ਪਹਿਲਾਂ ਤਾਂ ਪ੍ਰਾਇਮਰੀ ਸਕੂਲ ਹੁੰਦਾ ਸੀ, ਫਿਰ ਮਿਡਲ ਹੋਇਆ, ਫਿਰ ਹਾਈ, ਫਿਰ ਪਲੱਸ ਟੂ ਦਾ ਸਕੂਲ ਹੋਇਆ ਅਤੇ ਪ੍ਰਾਇਮਰੀ ਸਕੂਲ ਦੇ ਵਿੱਚ 3 ਲੱਖ ਰੁਪਈਆ ਸਾਨੂੰ ਮਿਲਿਆ ਸੀ, ਉਹ ਵੀ ਅਸੀਂ ਆਪਣੀ ਟਰਮ 'ਚ ਮੈਂ ਲਾਇਆ। ਵੈਰੀ ਗੁੱਡ, ਵੈਰੀ ਗੁੱਡ। ਅਤੇ ਸਰਪੰਚ ਸਾਹਿਬ, ਆਂਗਨਵਾੜੀ ਨਹੀਂ ਹੈਗੇ? ਆਂਗਨਵਾੜੀ ਹੈਗਾ, ਉਹ ਸਾਡੇ ਕੋਲ ਬੱਚੇ ਘੱਟ ਹੋਣੇ ਕਰਕੇ ਅਤੇ ਕਾਰਾਂ ਆਵਾਜ਼ ਨਾਲ ਕਨੈਕਟ ਉਹਦਾ ਜੋੜ ਦਿੱਤਾ। ਅੱਛਾ ਅੱਛਾ, ਹਾਂਜੀ ਹਾਂਜੀ, ਦੋ ਪਿੰਨਾਂ ਦਾ ਇੱਕੋ ਕਰ ਦਿੱਤਾ। ਇੱਕੋ ਕਰਤਾ, ਕਾਰਾਬਾਦ ਅਤੇ ਕੋਟਲੀ ਮੱਲੀਆਂ? ਕੋਟਲੀ ਮੱਲੀਆਂ, ਹਾਂਜੀ ਹਾਂਜੀ ਠੀਕ। ਅਤੇ ਆਪਣੇ ਹੋਰ ਇਸ ਤੋਂ ਇਲਾਵਾ ਜਿੱਦਾਂ ਸਰਪੰਚ ਸਾਹਿਬ ਆਪਣੇ ਪਿੰਡ 'ਚ ਕੋਈ ਡਿਸਪੈਂਸਰੀ ਜਾਂ ਪਸ਼ੂ ਹਸਪਤਾਲ? ਨਾ, ਉਹ ਨਹੀਂ ਹੈਗਾ, ਉਹ ਨਹੀਂ ਹੈਗਾ। ਅਤੇ ਕੀ ਗੱਲ, ਉਹਦਾ ਮਤਾ ਨਹੀਂ ਪਾਇਆ ਤੁਸੀਂ? ਮਤਾ ਸਾਨੂੰ ਕਹਿੰਦੇ ਹੈਗੇ ਵੀ ਮਤਾ ਪਾ ਕੇ ਦਿਓ ਸਾਨੂੰ ਅਤੇ ਰਜਿਸਟਰੀ ਕਰਕੇ ਦਿਓ ਥਾਂ ਦੀ, ਅਤੇ ਉਹਦੇ ਵਿੱਚ ਮੁੜ ਕੇ ਜਦੋਂ ਅਸੀਂ ਇੱਕ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਵਿਰੋਧਤਾ ਬੜੀਆਂ, ਅਤੇ ਕੁਝ ਬੰਦੇ ਕਹਿੰਦੇ ਇੱਥੇ ਬਣਾਉਣਾ, ਕੁਝ ਇੱਥੇ ਬਣਾਉਣਾ, ਉਹ ਜਿੱਥੇ ਉਹ ਕਹਿੰਦੇ ਉੱਥੇ ਉਹ ਥਾਂ ਦੀ ਰਜਿਸਟਰੀ ਨਹੀਂ ਹੈਗੀ। ਅੱਛਾ ਜੀ, ਅਤੇ ਉਹ ਨੰਬਰੀ ਥਾਂ ਦੀ ਰਜਿਸਟਰੀ ਮੰਗਦੇ ਤਾਂ ਮੁੜ ਕੇ ਉਹ ਕਿਸੇ ਨੇ ਕੀਤੀ ਨਹੀਂ, ਉਹ ਥਾਂ ਨਹੀਂ ਬਣੀ ਇਹ ਗੱਲ। ਅੱਛਾ, ਉਹ ਬਣੀ ਨਹੀਂ? ਨਾ। ਠੀਕ ਹੈ, ਪੰਚਾਇਤ ਦੀ ਜਗ੍ਹਾ ਦਿੱਤੀ ਨਹੀਂ? ਹਾਂਜੀ, ਅਤੇ ਉਹ ਬਣੀ ਦੇਣ ਕਾਰਨ, ਪੰਚਾਇਤ ਦੀ ਜਗ੍ਹਾ ਰਜਿਸਟਰੀ ਨਾ ਕਰਨ ਕਰਕੇ ਦੇਣ ਦੇ ਕਾਰਨ ਉਹ ਤੁਹਾਡੀ ਡਿਸਪੈਂਸਰੀ ਵਾਪਸ ਨਹੀਂ? ਹਾਂਜੀ ਵਾਪਸ। ਠੀਕ, ਹਾਂਜੀ। ਅਤੇ ਅੱਛਾ ਸਰਪੰਚ ਸਾਹਿਬ, ਪਿੰਡ ਦੇ ਵਿੱਚ ਕੋਈ ਗਰਾਊਂਡ ਜਾਂ ਕੋਈ ਪਾਰਕ ਹੈਗੀ? ਹਾਂਜੀ ਹਾਂਜੀ, ਗਰਾਊਂਡ ਹੈਗੀ, ਗਰਾਊਂਡ। ਹਾਂਜੀ ਹਾਂਜੀ, ਸਾਡੇ ਬੜੇ ਮੁੰਡੇ ਜਿਹੜੇ ਇੱਥੇ ਹਾਕੀ ਦੇ ਲੈਵਲ 'ਤੇ ਬੜੇ ਨੌਕਰ ਹੋਏ ਆ ਜੀ। ਅੱਛਾ, ਹਾਂਜੀ, ਫੌਜ ਦੇ ਵਿੱਚ ਨੌਕਰ, ਪੁਲਿਸ 'ਚ ਨੌਕਰ ਆ, ਬਾਹਰਲੇ ਮੁਲਕਾਂ 'ਚ ਬੜੇ ਗਏ, ਗਰਾਊਂਡ ਦੀ ਬੜੀ ਵੱਡੀ ਦੇਣ ਹੁੰਦੀ ਹੈ। ਬਹੁਤ ਵੱਡੀ ਜੀ, ਬਹੁਤ। ਹਾਂਜੀ ਹਾਂਜੀ, ਅਤੇ ਇਹਦੀ ਚਾਰ ਦੁਆਰੀ ਹੋਈ? ਹਾਂ ਬਿਲਕੁਲ ਜੀ, ਬਣਿਆ, ਪੂਰੀ ਸਟੇਡੀਅਮ ਬਣਿਆ। ਅੱਛਾ, ਸਟੇਡੀਅਮ? ਹਾਂ ਬਣਿਆ ਬਣਿਆ, ਪੂਰਾ ਬਣਿਆ। ਅਤੇ ਆਪਣੇ ਜਿਮ ਦਾ ਸਮਾਨ ਮਿਲਿਆ ਸੀ? ਹਾਂਜੀ ਮਿਲਿਆ ਮਿਲਿਆ ਜੀ। ਅਤੇ ਇਹ ਹਾਲੇ ਵੀ ਹੈਗਾ? ਹੈਗਾ ਹੈਗਾ, ਚਾਲੂ ਆ ਜੀ, ਚਾਲੂ ਆ, ਚਾਲੂ ਆ, ਚਾਲੂ। ਠੀਕ ਹੈ, ਚਾਲੂ ਆ। ਹਾਂਜੀ ਹਾਂਜੀ ਠੀਕ ਹੈ। ਅਤੇ ਆਪਣੇ ਸਰਪੰਚ ਸਾਹਿਬ, ਡੇਰਿਆਂ ਦੇ ਜਿਹੜੇ ਰਸਤੇ ਹੈ ਉਹ ਕਿੰਨੇ ਕੁ ਬਣੇ ਸੀ ਤੁਹਾਡੇ ਟਾਈਮ? ਮੇਰੇ ਟਾਈਮ 'ਤੇ ਕੁਝ ਜਿਹੜੇ ਡੇਰਿਆਂ ਦੇ ਰਸਤੇ ਵਿੱਚ ਰਹਿ ਗਏ ਸੀ,
पहला जो अकालिया की सरकार जो दूजी यार बनी फिर मैं बनिया मेरे हिसाब से हूँ तो कोई भी नहीं रह गया भी जड़ा नहीं बने सारे ही टोटल मैं बनाते। हाँ जी हाँ जी ठीक है मतलब सारे रस्ते जोड़े आनाते। हाँ जी हाँ जी सारे बन गए। तो अच्छा मतलब अपने हम पिंड की कोई भी मंग हो जी कि तुम पता है कि इस चीज़ की लौड़ है सू पिंड वास दस सकते। हाँ जी हाँ जी आयुष्मान तक जिस तरह अभी हूँ मतलब साढ़े पिंड एंटपेंशरी है नहीं सू इस चीज़ की तो पक्की लौड़ हर एक पिंड आ ये तो नहीं ना बजा एक तो इस चीज़ की लौड़ आ होर जिस तरह भी कोई भी है मतलब कम करनी हूँ मतलब साढ़े पिंड एंटपेंशरी है नहीं सू इस चीज़ की तो पक्की लौड़ हर एक पिंड आ ये तो नहीं ना बजा एक तो इस चीज़ की लौड़ आ होर जिस तरह भी कोई भी है मतलब कम करने वाला ज जिस तरह हूँ नवा सरपंच बनया वो अपने तौर पर जरा कर दिया उन्हें भी बड़ा वधिया किया जे कोई गली रही उन्हें सारे बनाती कोई कारोबार घट ही रहा है करने वाला मतलब डिस्पेंसरी की लौड़ है बिल्कुल बिलकुल बाकी सारे चीज़ा ठीक है बिल्कुल। होर सर कोई अपना असी अपने चैनल वालों का बहुत बहुत धन्यवाद करते हैं अपनी पूरी टीम वालों का धन्यवाद करते हैं कि तुम सा गलबात की सू दसिया सारा अपने बारे जानकारी दी ये असं हाईकमान तक जरूर बात बनेगा भी ये ठीक है जी साड़ी। हाँ जी हाँ जी बहुत बहुत धन्यवाद है ता वाहेगुरु जी का खालसा वाहेगुरू जी की फतेह। मैं गुरमंत सिंह ढिल्लों पंजाब।